ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ 'ਚ ਜੇਲ੍ਹ 'ਚ ਬੰਦ ਜਗਤਾਰ ਸਿੰਘ ਹਵਾਰਾ ਨੂੰ ਡੇਂਗੂ ਹੋ ਗਿਆ ਹੈ ਅਤੇ ਉਹਨਾਂ ਦੀ ਹਾਲਤ ਕਾਫੀ ਗੰਭੀਰ ਹੋਣ ਕਰਕੇ ਉਹਨਾਂ ਨੂੰ ਦਿੱਲੀ ਦੇ ਦੀਨ ਦਿਆਲ ਉਪਾਧਿਆਇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿਸ ਦੇ ਚੱਲਦਿਆਂ ਸਿੱਖ ਜਥੇਬੰਦੀਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਕੇ ਜਗਤਾਰ ਸਿੰਘ ਹਵਾਰਾ ਦੀ ਸਿਹਤਯਾਬੀ ਲਈ ਅਰਦਾਸ ਬੇਨਤੀ ਕੀਤੀ ਗਈ ਹੈ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਮੈਂਬਰ ਪ੍ਰੋਫੈਸਰ ਬਲਜਿੰਦਰ ਸਿੰਘ ਤੇ ਜਗਤਾਰ ਸਿੰਘ ਹਵਾਰਾ ਦੇ ਪਿਤਾ ਬਾਪੂ ਗੁਰਚਰਨ ਸਿੰਘ ਨੇ ਕਿਹਾ ਕਿ ਜਦ ਦਾ ਜਗਤਾਰ ਸਿੰਘ ਹਵਾਰਾ ਜੋ ਕਿ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਹਨ ਅਤੇ ਉਹਨਾਂ ਦਾ ਦਿੱਲੀ ਦੇ ਦੀਨ ਦਿਆਲ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ, ਉਹਨਾਂ ਕਿਹਾ ਕਿ ਉਹਨਾਂ ਦੀ ਕੇਅਰ ਚੰਗੇ ਤਰੀਕੇ ਨਾਲ ਨਹੀਂ ਹੋ ਰਹੀ ਹੈ ਜਿਸ ਕਰਕੇ ਉਹਨਾਂ ਨੂੰ ਖਦਸ਼ਾ ਹੈ ਕਿ ਉਹਨਾਂ ਦੀ ਹਾਲਤ ਹੋਰ ਵਿਗੜ ਸਕਦੀ ਹੈ। ਉਹਨਾਂ ਨੇ ਮੰਗ ਕੀਤੀ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ ਦਾ ਇਲਾਜ ਕਿਸੇ ਚੰਗੇ ਹਸਪਤਾਲ 'ਚੋਂ ਕਰਵਾਇਆ ਜਾਵੇ। ਉਹਨਾਂ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਭਾਈ ਹਵਾਰਾ ਨੂੰ ਕੁਝ ਹੋਇਆ ਤਾਂ ਸਿੱਖ ਜਥੇਬੰਦੀਆਂ ਇਸ ਨੂੰ ਬਰਦਾਸ਼ਤ ਨਹੀਂ ਕਰਨਗੀਆਂ। ਧਰਮ ਪਿਤਾ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਜਦੋਂ ਦਾ ਉਹ 5 ਦਿਨਾਂ ਤੋਂ ਜਥੇਦਾਰ ਜੀ DD ਹੋਸਪਿਟਲ 'ਚ ਐਡਮਿਟ ਹੈ, ਉਹਨਾਂ ਨੂੰ ਅੰਦਰ ਪ੍ਰੋਬਲਮ ਆਈ ਸੀ ਡੇਂਗੂ ਦੀ। ਜਦੋਂ ਟੈਸਟ ਹੋਇਆ ਵੀ ਇਹਨਾਂ ਦੇ ਸੈੱਲ ਕੱਟ ਗਏ, ਉਹ ਲੈ ਕੇ ਆਏ। ਜਦੋਂ ਲੈ ਕੇ 80,000 ਸੈੱਲ ਉਹਨਾਂ ਦੇ ਸਮੇਂ ਸੀ, ਪਰ ਉਹਨਾਂ ਦਾ ਇਲਾਜ, ਉਹਨਾਂ ਦਾ ਟ੍ਰੀਟਮੈਂਟ ਇਸ ਤਰ੍ਹਾਂ ਦਾ ਵੀ ਉਹ ਘੱਟ ਕੇ 39,000 'ਤੇ ਕੱਲ੍ਹ ਦੀ ਰਿਪੋਰਟ ਹੈ ਜਿਹੜੀ ਆ ਚੁੱਕੀ ਹੈ। ਇਸ ਕਰਕੇ ਪ੍ਰਸ਼ਾਸਨ, ਸਰਕਾਰ ਜੋ ਵੀ ਉਸ 'ਚ ਸੰਬੰਧਿਤ ਹੈ, ਉਹ ਸਾਰੇ ਅਣਗਹਿਲੀ ਵਰਤ ਰਹੇ ਹੈ। ਅਸੀਂ 2 ਦਿਨ ਲਗਾਤਾਰ ਉੱਥੇ ਮੈਂ ਖੁਦ ਰਹਿ ਕੇ ਟਰਾਈ ਮਾਰਦਾ ਰਿਹਾ ਵੀ ਸਾਨੂੰ ਇੱਕ ਵਾਰੀ ਮਿਲਾ ਤਾਂ ਦਿਓ, ਭਾਵੇਂ 10 ਫਿੱਟ ਤੋਂ ਖੜਾ ਕੇ ਗੱਲ ਕਰਾਂ, ਕਿਉਂ ਸਾਡਾ ਵੀ ਮਨ ਤੜਫਦਾ। ਜਦੋਂ ਸਾਨੂੰ ਸ਼ਾਮ ਨੂੰ ਪਤਾ ਲੱਗਿਆ, ਅਸੀਂ ਰਾਤ ਬੜੀ ਔਖੀ ਬਤੀਤ ਕਰੀ, ਸਵੇਰੇ 9 ਵਜਦੇ ਨੂੰ ਅਸੀਂ ਦਿੱਲੀ ਪਹੁੰਚ ਗਏ। ਮੇਰੇ ਨਾਲ ਭਾਈ ਬਲਬੀਰ ਸਿੰਘ ਸੀ, ਅਸੀਂ 2 ਦਿਨ ਟਰਾਈ ਮਾਰਦੇ ਰਹੇ, ਪਰ ਪਤਾ ਨਹੀਂ ਕੀ ਇਹਨਾਂ ਦੀ ਬੇਰਹਿਮ ਸਰਕਾਰਾਂ ਵੀ ਇੱਕ ਬਿਮਾਰ ਬੰਦੇ 'ਤੇ ਵੀ ਕੋਈ ਕਿਸੇ ਤਰ੍ਹਾਂ ਦਾ ਇਹਨਾਂ ਨੂੰ ਤਰਸ ਨਹੀਂ, ਉਹਨਾਂ ਨੂੰ ਜਿਹੜਾ ਅਨ ਮਨੁੱਖੀ ਤਸੀਹੇ ਹੈ ਉਹ ਸਮਝੋ ਦਿੱਤੇ ਜਾ ਰਹੇ ਹੈ। ਨਾ ਉਹਨਾਂ ਨੂੰ ਕੋਈ ਪ੍ਰੋਪਰ ਟ੍ਰੀਟਮੈਂਟ ਦਿੱਤਾ ਜਾ ਰਿਹਾ, ਨਾ ਉੱਥੇ ਸਫਾਈ ਦਾ ਪ੍ਰਬੰਧ ਹੈ ਜਿਸ ਤੋਂ ਉਹਨਾਂ ਦਾ ਮਨ ਬੜਾ ਤੰਗ ਹੈ, ਨਾ ਉਹਨਾਂ ਨੂੰ ਖੁਰਾਕ ਜਿਹੜੀ ਲੋੜੀਂਦੀ ਹੈ ਇਹਨਾਂ ਵਾਸਤੇ ਪੂਰੇ ਕਰਨ ਵਾਸਤੇ ਕੋਈ ਫਰੂਟ ਵਗੈਰਾ ਉਹ ਦਿੱਤੇ ਜਾ ਰਹੇ ਹੈ। ਇਸ ਕਰਕੇ ਇਹ ਜਿਹੜੀ ਅੱਜ ਅਸੀਂ ਗੁਰੂ ਸਾਹਿਬ ਦੇ ਚਰਨਾਂ 'ਚ ਸ੍ਰੀ ਅਕਾਲ ਤਖਤ ਸਾਹਿਬ 'ਤੇ ਅਰਦਾਸ ਕੀਤੀ ਹੈ ਉਹਨਾਂ ਦੀ ਸਿਹਤਯਾਬੀ ਵਾਸਤੇ, ਕਿਉਂਕਿ ਸਰਕਾਰਾਂ ਤੋਂ ਸਾਨੂੰ ਇਨਸਾਫ ਦੀ ਕੋਈ ਆਸ ਨਹੀਂ। ਪਰ ਇੱਕ ਗੱਲ ਸਪਸ਼ਟ ਕਰ ਦਈਏ ਵੀ ਜਿਹੜੀ ਇਹ ਆਵਾਜ਼ ਹੈ ਇਹ ਇੱਥੇ ਪੰਜਾਬ ਜਾਂ ਇੰਡੀਆ ਤੱਕ ਸੀਮਤ ਨਹੀਂ, ਇਹ ਇੰਟਰਨੈਸ਼ਨਲ ਲੈਵਲ 'ਤੇ ਪਹੁੰਚ ਚੁੱਕੀ ਹੈ। ਪਰਸੋਂ ਤੋਂ 3 ਦਿਨਾਂ ਤੋਂ ਲਗਾਤਾਰ ਸੰਗਤਾਂ ਵਾਰ ਵਾਰ ਪੁੱਛ ਰਹੀਆਂ ਵੀ ਇਸ 'ਤੇ ਅਸੀਂ ਕੀ ਐਕਸ਼ਨ ਕਰੀਏ। ਸਿਰਫ ਹੁਣ ਅਜੇ ਤੱਕ ਅਸੀਂ ਉਹਨਾਂ ਦੀ ਦੇਖ ਰਹੇ ਸੀ ਵੀ ਚਲੋ ਜੇ ਕੋਈ ਇਹ ਉਹ ਪ੍ਰਬੰਧ ਠੀਕ ਕਰ ਦੇਣ, ਇਲਾਜ ਠੀਕ ਕਰ ਦੇਣ, ਪਰ ਨਹੀਂ ਉਹ ਇਸ 'ਤੇ ਨਹੀਂ ਆਏ। ਉਹ ਵੀ ਜਿਹੜਾ ਇਹ ਮਸਲਾ UNO ਤੱਕ ਜਿਹੜੀ ਇੰਡੀਆ ਦੀ ਪਹਿਲਾਂ ਹੀ ਦੁਰਦਸ਼ਾ ਹੋਈ ਪਈ ਹੈ, ਇਹਨਾਂ ਮਸਲਿਆਂ 'ਚ ਹੋਰ ਹੋਣੀ ਹੈ, ਉਹ UNO ਤੱਕ ਲੈ ਕੇ ਜਾਣਗੇ ਮਸਲਾ। ਜਦੋਂ ਤੱਕ ਉਹਨਾਂ ਨੂੰ ਦੇਖੋ ਬਿਮਾਰ ਹੁੰਦਿਆਂ ਉਹਨਾਂ ਨੂੰ ਇੱਕ ਪਰਿਵਾਰਕ ਮੈਂਬਰ ਦੀ ਜਾਂ ਉਹਨਾਂ ਦੇ ਜਿਹੜਾ ਪ੍ਰੇਮ ਵਾਲਾ ਉਹਦੀ ਲੋੜ ਹੈ, ਜਿਹੜਾ ਹਰ ਟਾਈਮ 24 ਘੰਟੇ ਉਹਨਾਂ ਦੇ ਕੋਲ ਰਹੇ। ਇਹ ਸਰਕਾਰ ਤੋਂ ਸਾਡੀ ਮੰਗ ਹੈ, ਉਹਨਾਂ ਦਾ ਇਲਾਜ ਹੋਏ ਸਹੀ, ਉਸ ਹੋਸਪਿਟਲ 'ਚੋਂ ਕਿਸੇ ਚੰਗੇ ਹੋਸਪਿਟਲ ਜਿਸ ਤਰ੍ਹਾਂ AIIMS ਵਗੈਰਾ ਜਿੱਥੇ ਵਧੀਆ ਇਲਾਜ ਹੋ ਸਕੇ ਉੱਥੇ ਉਹਨੂੰ ਸ਼ਿਫਟ ਕਰਨਾ ਚਾਹੀਦਾ, ਕਿਉਂਕਿ ਅਜੇ ਤੱਕ ਉਹਨਾਂ ਨੂੰ ਬਿਲਕੁਲ ਇਹ ਅਸੀਂ ਤਾਂ ਸਮਝਦੇ ਹਾਂ ਵੀ ਸਰਕਾਰਾਂ ਦਾ, ਪ੍ਰਸ਼ਾਸਨ ਦਾ, ਜੇਲ੍ਹ ਪ੍ਰਸ਼ਾਸਨ ਦਾ ਕੋਈ ਮਾੜਾ ਇਰਾਦਾ ਹੈ ਵੀ ਜਿਹੜਾ ਉਹਨਾਂ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੀਆਂ। ਸੰਗਤਾਂ ਇਹ ਹਰਗਿਜ਼ ਬਰਦਾਸ਼ਤ ਨਹੀਂ ਕਰਨਗੀਆਂ ਜੇ ਕੋਈ ਇਸ ਤਰ੍ਹਾਂ ਦਾ ਭਾਣਾ ਵਾਪਰ ਗਿਆ। ਇਹ ਗੱਲ ਬਹੁਤ ਦੂਰ ਤੱਕ ਪਹੁੰਚਣੀ ਹੈ, ਸੋ ਸਰਕਾਰਾਂ ਨੂੰ ਇਸ ਤੋਂ ਸਬਕ ਲੈ ਕੇ ਇਸ ਸੁਧਾਰ ਕਰਨਾ ਚਾਹੀਦਾ। ਇੱਕ ਤਾਂ ਉਹਨਾਂ ਨੂੰ ਇੱਕ ਮੈਂਬਰ ਪ੍ਰੋਪਰ ਦੇਣਾ ਚਾਹੀਦਾ ਜਿਹੜਾ ਹਰ ਟਾਈਮ ਉਹਨਾਂ ਦੀ ਗੱਲ ਕਰ ਸਕੇ, ਕਿਉਂਕਿ ਜਿਹੜੀ ਉਹ ਸਿਕਿਉਰਿਟੀ ਹੈ ਉੱਥੇ ਕਿਸੇ ਨੂੰ ਨੇੜੇ ਨਹੀਂ ਲੱਗਣ ਦੇ ਰਹੀ। ਹਾਲਾਂ ਇੱਥੇ ਤੱਕ ਹੈ ਵੀ ਬਾਉਂਡਰੀ ਵਾਲ ਦੇ ਅੰਦਰ ਵੀ ਨਹੀਂ ਬਣਨ ਦੇ ਰਹੀ, ਉਹਨਾਂ ਨੂੰ ਕਿਸੇ ਨੂੰ ਖੜਨ ਨਹੀਂ ਦੇ ਰਹੀ। ਇਹ ਉਹਨਾਂ ਨੂੰ ਨਾ ਕੋਈ ਉਹ ਸੁਣਵਾਈ ਕਰ ਰਹੇ, ਨਾ ਉਹਨਾਂ ਦੀ ਗੱਲ ਸੁਣਦੇ ਆ, ਨਾ ਸਮਾਨ ਲਿਆ ਕੇ ਦਿੰਦੇ। ਇਸ ਕਰਕੇ ਸਰਕਾਰਾਂ ਨੂੰ ਇਹ ਵਾਰਨਿੰਗ ਹੈ, ਇਸ 'ਤੇ ਗੌਰ ਕਰਨ, ਉਹਨਾਂ ਦਾ ਸਹੀ ਇਲਾਜ ਕਰਨ, ਸਾਡੀ ਉੱਥੇ ਹਾਜ਼ਰੀ ਯਕੀਨੀ ਬਣਾਉਣ, ਨਹੀਂ ਫਿਰ ਇਹ ਮਸਲਾ ਵੱਡੇ ਲੈਵਲ 'ਤੇ ਜਾਵੇਗਾ। ਅੱਜ
ਇਹ ਤੁਹਾਡੇ ਮਾਧਿਅਮ ਰਾਹੀਂ ਅਸੀਂ ਸੰਗਤਾਂ ਨੂੰ ਅਪੀਲ ਕਰਦੇ ਹਾਂ ਵੀ ਜਿਹੜੀ ਪਹਿਲਾਂ ਹੀ ਉਹਨਾਂ ਦੀ ਸਿਹਤਯਾਬੀ ਲਈ ਸੰਗਤਾਂ ਅਰਦਾਸਾਂ ਕਰ ਰਹੀਆਂ ਗੁਰੂ ਘਰਾਂ 'ਚ ਦੇਸ਼ ਵਿਦੇਸ਼ 'ਚ ਉਹ ਲਗਾਤਾਰ ਜਾਰੀ ਰੱਖਣ ਕਿਉਂਕਿ ਸਾਨੂੰ ਗੁਰੂ ਸਾਹਿਬ 'ਤੇ ਭਰੋਸਾ ਜ਼ਰੂਰ ਉਹਨਾਂ ਨੂੰ ਤੰਦਰੁਸਤੀ ਬਖਸ਼ਣਗੇ ਕੌਮ ਦੀ ਸੇਵਾ ਕਰਨੀ ਹੈ ਮੈਨੂੰ ਬੜੇ ਦੁੱਖ ਦੇ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਜਿਸ ਵੇਲੇ ਜਥੇਦਾਰ ਸਾਹਿਬ ਨੂੰ ਆਈ ਸੀ ਯੂ ਦੇ ਵਿੱਚ ਸ਼ਿਫਟ ਕਰਤਾ ਗਿਆ ਉਹਨਾਂ ਨੇ ਜਿਹੜਾ ਆਪਣਾ ਮਲ ਮੂਤਰ ਵੀ ਕੀਤਾ ਪਿਸ਼ਾਬ ਵਗੈਰਾ ਕੀਤਾ ਉਹ ਵੀ ਚੁੱਕਣ ਵਾਸਤੇ ਉੱਥੇ ਦਾ ਕੋਈ ਵੀ ਕਰਮਚਾਰੀ ਕੋਈ ਵੀ ਸਫਾਈ ਕਰਮਚਾਰੀ ਉੱਥੇ ਨਹੀਂ ਆਇਆ ਨਤੀਜਾ ਕੀ ਕਿ ਉੱਥੇ ਲੇਟਣਾ ਵੀ ਉੱਥੇ ਆਰਾਮ ਕਰਨਾ ਵੀ ਜਿਹੜਾ ਹੈ ਉਹ ਦੁਸ਼ਵਾਰ ਹੋ ਗਿਆ ਸੋ ਇਹੋ ਜਿਹੇ ਤਸੀਹੇ ਜਿਹੜੇ ਨੇ ਇੱਕ ਸਾਜਿਸ਼ ਦੇ ਨਾਲ ਇੱਕ ਮਿਲੀ ਭੁਗਤ ਦੇ ਨਾਲ ਕੀਤੇ ਜਾ ਰਹੇ ਨੇ ਅਸੀਂ ਅੱਜ ਇਸ ਮਾਧਿਅਮ ਦੇ ਰਾਹੀਂ ਕੇਂਦਰ ਦੀ ਸਰਕਾਰ ਨੂੰ ਮੋਦੀ ਸਰਕਾਰ ਨੂੰ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਇੱਥੋਂ ਅਸੀਂ ਇੱਕ ਚੇਤਾਵਨੀ ਦੇ ਰਹੇ ਹਾਂ ਅਰਦਾਸ ਕਰਕੇ ਆਏ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਮੀਰੀ ਪੀਰੀ ਦੇ ਮਾਲਕ ਤਖਤ ਦੇ ਅਰਦਾਸ ਕਰਕੇ ਆਏ ਹਾਂ ਇਹ ਦਿੱਲੀ ਤੋਂ ਵੱਡਾ ਤਖਤ ਹੈ ਔਰ ਇਸ ਤਖਤ ਨੇ ਦਿੱਲੀ ਦੇ ਤਖਤ ਨੂੰ ਕਈ ਵਾਰ ਚੁਕਾਇਆ ਹੈ ਅਰਦਾਸ ਕੀਤੀ ਅੱਜ ਬੇਨਤੀ ਕੀਤੀ ਹੈ ਜੇਕਰ ਅੱਜ ਚੇਤਾਵਨੀ ਦੇ ਰਹੇ ਹਾਂ ਸਰਕਾਰ ਨੂੰ ਕਿਸਾਨਾਂ ਨੇ ਤਾਂ ਦਿਖਾਤਾ ਰੰਗ ਆਪਣਾ ਉਹ ਕਿਸਾਨ ਵੀ ਸਾਡੇ ਆਪਣੇ ਹੀ ਭਰਾ ਨੇ ਕਿਸਾਨਾਂ ਨੇ ਤਾਂ ਆਪਣੀ ਤਾਕਤ ਵਿਖਾਈ ਉਹ ਤਾਕਤ ਵੀ ਗੁਰੂ ਨਾਨਕ ਦੇ ਘਰ ਤੋਂ ਆਈ ਸੀਗੀ ਅੱਜ ਅਸੀਂ ਫਿਰ ਉਸੇ ਗੁਰੂ ਨਾਨਕ ਦੇ ਘਰ ਤੋਂ ਉਸੇ ਮੀਰੀ ਪੀਰੀ ਦੇ ਮਾਲਕ ਦੇ ਘਰ ਤੋਂ ਤਾਕਤ ਲੈ ਕਰਕੇ ਉਹਨਾਂ ਦੇ ਕੋਲੋਂ ਉਪਦੇਸ਼ ਲੈ ਕਰਕੇ ਸੰਦੇਸ਼ ਲੈ ਕਰਕੇ ਮੋਦੀ ਸਰਕਾਰ ਅਤੇ ਕੇਜਰੀਵਾਲ ਸਰਕਾਰ ਨੂੰ ਇੱਕ ਚੇਤਾਵਨੀ ਦੇ ਰਹੇ ਹਾਂ ਕਿ ਜੇਕਰ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਸਰੀਰ ਦੇ ਨਾਲ ਉਹਨਾਂ ਦੀ ਜਾਨ ਦੇ ਨਾਲ ਕੋਈ ਵੀ ਖਿਲਵਾੜ ਕੀਤਾ ਤਾਂ ਹਿੰਦੁਸਤਾਨ ਦੇ ਤਖਤ ਦੀਆਂ ਅਸੀਂ ਚੂਲਾਂ ਹਿਲਾ ਕੇ ਰੱਖ ਦਿਆਂਗੇ ਇਹ ਤਖਤ ਖਾਲਸਾ ਪੰਥ ਨੇ ਕਈ ਵਾਰੀ ਪਲਟਾਏ ਨੇ ਅਤੇ ਸਾਡੇ ਕੋਲ ਉਸ ਗੁਰੂ ਦੀ ਸ਼ਕਤੀ ਹੈ ਉਸ ਗੁਰੂ ਦੀ ਤਾਕਤ ਹੈ ਅਸੀਂ ਉਸ ਤਾਕਤ ਦੇ ਨਾਲ ਜੇਕਰ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਇਲਾਜ ਠੀਕ ਨਾ ਹੋਇਆ ਅਤੇ ਜੇਕਰ ਉਹਨਾਂ ਨੂੰ ਕੁਝ ਨੁਕਸਾਨ ਉਹਨਾਂ ਦੇ ਜੀਵਨ ਦੇ ਨਾਲ ਉਹਨਾਂ ਦੇ ਸਰੀਰ ਨਾਲ ਕੋਈ ਖਿਲਵਾੜ ਕੀਤੀ ਗਈ ਤਾਂ ਇਹ ਚੇਤੇ ਰੱਖਿਓ ਇਹ ਤਖਤ ਉਲਟ ਪੁਲਟ ਕਰਕੇ ਰੱਖ ਦਿਆਂਗੇ ਅਸੀਂ ਇਹ ਵੀ ਗੱਲ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਇਸ ਸੰਬੰਧ ਦੇ ਵਿੱਚ ਮਾਨਵ ਅਧਿਕਾਰ ਸੰਗਠਨ ਜਿਹੜਾ ਦਿੱਲੀ ਦੇ ਵਿੱਚ ਹੈ ਅਸੀਂ ਘੱਟ ਗਿਣਤੀ ਕਮਿਸ਼ਨ ਜਿਹੜਾ ਹੈ ਅਸੀਂ ਉਹਨਾਂ ਨੂੰ ਵੀ ਅਪਰੋਚ ਕਰਾਂਗੇ ਕਿ ਸਾਡੇ ਨਾਲ ਇੱਕ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ ਸਾਡੇ ਨਾਲ ਇੱਕ ਧੱਕਾ ਹੋ ਰਿਹਾ ਹੈ ਸਾਡੇ ਖਿਲਾਫ਼ ਇੱਕ ਸਾਜਿਸ਼ ਕੀਤੀ ਜਾ ਰਹੀ ਹੈ ਕਿਉਂਕਿ ਉਹ ਪੰਥ ਦਾ ਇੱਕ ਕੌਮੀ ਹੀਰਾ ਹੈ ਔਰ ਉਸ ਨੂੰ ਅਸੀਂ ਜਿਹੜਾ ਹੈ ਅਸੀਂ ਸਾਰੇ ਪਹਿਰੇਦਾਰ ਹਾਂ ਉਹਦੇ ਇਸ ਕਰਕੇ ਅਸੀਂ ਉਸ ਹੀਰੇ ਦੀ ਵਾਸਤੇ ਹਰ ਪ੍ਰਕਾਰ ਦੀ ਕੁਰਬਾਨੀ ਕਰਨ ਦੇ ਲਈ ਅਸੀਂ ਤਿਆਰ ਹਾਂ ਅਸੀਂ ਇੱਥੋਂ ਇਹ ਵੀ ਕੇਂਦਰ ਸਰਕਾਰ ਨੂੰ ਅਤੇ ਕੇਜਰੀਵਾਲ ਸਰਕਾਰ ਨੂੰ ਆਪਣੀ ਆਵਾਜ਼ ਪਹੁੰਚਾਉਣਾ ਚਾਹੁੰਦੇ ਹਾਂ ਕਿ ਜਥੇਦਾਰ ਸਾਹਿਬ ਨੂੰ ਦੀਨ ਦਿਆਲ ਹਸਪਤਾਲ ਤੋਂ ਇਮੀਡੀਏਟਲੀ ਸ਼ਿਫਟ ਕਰਕੇ ਕਿਸੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਚੰਗੇ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਕਰਾਇਆ ਜਾਵੇ ਜਿਹੜਾ ਵੀ ਖਰਚਾ ਆਏਗਾ ਉਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਖਾਲਸਾ ਪੰਥ ਜਿਹੜਾ ਹੈ ਉਹ ਸਾਰਾ ਖਰਚਾ ਜਿਹੜਾ ਹੈ ਉਹ ਚੁੱਕੇਗਾ ਸਾਨੂੰ ਸਰਕਾਰ ਦੇ ਕੋਲੋਂ ਕਿਸੇ ਪ੍ਰਕਾਰ ਦੇ ਖਰਚੇ ਦੀ ਕੋਈ ਉਮੀਦ ਨਹੀਂ ਹੈਗੀ ਕੋਈ ਅਸੀਂ ਆਸਾ ਨਹੀਂ ਰੱਖਦੇ ਇਹ ਸਾਰਾ ਖਰਚਾ ਖਾਲਸਾ ਪੰਥ ਚੁੱਕੇਗਾ ਅਤੇ ਨਾਲ ਦੇ ਨਾਲ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਜਿੰਨੇ ਵੀ ਜਿੱਤਕ ਜਥੇਦਾਰ ਸਾਹਿਬ ਉੱਥੇ ਨੇ ਉਹਨਾਂ ਦੇ ਧਰਮ ਪਿਤਾ ਬਾਪੂ ਗੁਰਚਰਨ ਸਿੰਘ ਜੀ ਉਹਨਾਂ ਦੇ ਪੀਏ ਬਲਬੀਰ ਸਿੰਘ ਜੀ ਹਿਸਾਰ ਇਹਨਾਂ ਨੂੰ ਮੁਲਾਕਾਤਾਂ ਦੀ ਇਜਾਜ਼ਤ ਜਿਹੜੀ ਹੈ ਹੋਣੀ ਚਾਹੀਦੀ ਹੈ ਡੇ ਦੇ ਟਾਈਮ ਦੇ ਵਿੱਚ ਡੇ ਕੇਅਰ ਜਿਹੜਾ ਅਟੈਂਡੈਂਟ ਉੱਥੇ ਹਰ ਵੇਲੇ ਰਹਿਣਾ ਚਾਹੀਦਾ ਹੈ ਇਹਨਾਂ ਬੇਨਤੀਆਂ ਨੂੰ ਅੱਜ ਅਸੀਂ ਸਰਕਾਰ ਤੱਕ ਵੀ ਪਹੁੰਚਾਉਣਾ ਚਾਹੁੰਦੇ ਹਾਂ ਆਪਣੀ ਚੇਤਾਵਨੀ ਵੀ ਸਰਕਾਰ ਨੂੰ ਦੇਣਾ ਚਾਹੁੰਦੇ ਹਾਂ ਕਿ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਭਾਈ 2022 ਦੀ ਇਲੈਕਸ਼ਨ ਦਾ ਖਿਆਲ ਰੱਖਿਓ ਕਿਧਰੇ ਇਹ ਨਾ ਸੋਚਣ ਕੁਝ ਸਿਆਸੀ ਪਾਰਟੀਆਂ ਕਿ ਹੁਣ ਕੇਜਰੀਵਾਲ ਦੇ ਖਿਲਾਫ਼
इन्हां ने झंडा चुक लिया, मोदी के खिलाफ झंडा चुक लिया, तो दूजे जिहड़े बेअदबियां वाले ने किधर यह ना सोचण कि उन्होंने हलवा मांडा मिल जाएगा। ऐदा नहीं होने लगा, खालसा पंथ जागरूक है, उन्हां दा हिसाब उन्हां नाल करांगे, केजरीवाल का हिसाब तो बीजेपी का हिसाब असी वक्रे तौर पर करांगे। इन्हां शब्दों नाल ही वाहिगुरु जी का खालसा वाहिगुरू जी की फतेह। अमृतसर तो गुरप्रीत सिंह की रिपोर्ट, पंजाब टुडे।